ਭਵਿੱਖ ਲਈ ਕੈਨੇਡਾ ਪੜ੍ਹਾਈ ਕਰਨ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਵਿਦੇਸ਼ ਵਿੱਚ ਹੋਈ ਮੌਤ। ਰੋਂਦੀ ਮਾਂ ਨੇ ਸਰਕਾਰਾਂ ਨੂੰ ਪਾਈਆਂ ਲਾਹਨਤਾਂ। ਗੁਰਦਾਸਪੁਰ ਦੇ ਕਸਬਾ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਅਗਵਾਨ ਦੇ ਮਾਂ ਪਿਓ ਦੇ ਇਕਲੌਤੇ ਪੁੱਤਰ ਬਲਪ੍ਰੀਤ ਸਿੰਘ ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਗਿਆ ਸੀ ਦੀ ਮੌਤ ਦੀ ਖਬਰ ਆਉਣ ਨਾਲ ਉਹਨਾਂ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਬਲਪ੍ਰੀਤ ਦੀ ਅਚਾਨਕ ਹੋਈ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੰਜਾਬ ਪੁਲਿਸ ਵਿੱਚੋਂ ਸੇਵਾ ਮੁਕਤ ਹੋਏ ਕੁਲਦੀਪ ਸਿੰਘ ਵਾਸੀ ਅਗਵਾਨ ਨੇ ਦੱਸਿਆ ਕਿ ਉਹਨਾਂ ਦਾ ਹੋਣਹਾਰ ਪੁੱਤਰ ਬਲਪ੍ਰੀਤ ਸਿੰਘ 10 ਮਹੀਨੇ ਪਹਿਲਾਂ ਕੈਨੇਡਾ ਦੇ ਐਡਮਿੰਟਨ ਵਿਖੇ ਲੱਖਾਂ ਰੁਪਏ ਖਰਚ ਕਰਕੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਪੜ੍ਹਾਈ ਕਰਨ ਲਈ ਗਿਆ ਸੀ। ਹਾਏ ਪਤਾ ਨਹੀਂ, ਮੈਨੂੰ ਕੁਛ ਨਹੀਂ ਪਤਾ, ਮੈਨੂੰ ਮੇਰਾ ਬੱਚਾ ਚਾਹੀਦਾ। ਹਾਏ ਜੇ ਸਰਕਾਰਾਂ ਚੰਗੀਆਂ ਹੋਣ, ਅਸੀਂ ਬੱਚੇ ਕਿਉਂ ਕੱਲੀਏ। ਹਾਏ ਹਾਏ, ਮੇਰਾ ਬੱਚਾ, ਮੈਨੂੰ ਬੱਚਾ ਲਿਆ ਦਿਓ। ਮੇਰੇ ਬੱਚੇ ਦੀ ਆਕਸੀਜਨ ਨਾ ਲਾਉਣ, ਮੇਰੇ ਬੱਚੇ ਦੀ ਆਕਸੀਜਨ ਲੱਗੀ ਰਹੇ, ਮੇਰੇ ਬੱਚੇ ਦੀ ਆਕਸੀਜਨ ਲੱਗੀ ਰਹੇ। ਹਾਏ ਸਰਕਾਰਾਂ ਨੂੰ ਸੁਣਾ ਦਵੋ, ਇੱਥੇ ਬੱਚਿਆਂ ਨੂੰ ਰੋਜ਼ਗਾਰ ਦਵੋ, ਲੋਕੀ ਆਪਣੇ ਦਿਲਾਂ ਦੇ ਟੁਕੜੇ ਬਾਹਰ ਨਾ ਕੱਲਣ, ਮੋਲ ਚੰਗਾ ਕਰੋ, ਨਸ਼ੇ ਖਤਮ ਕਰੋ, ਅਸੀਂ ਆਪਣੇ ਬੱਚੇ ਬਾਹਰ ਨਾ ਕੱਲੀਏ। ਸਾਡੇ ਹੀਰੇ ਬੱਚੇ, ਸਾਡੇ ਇੰਟੈਲੀਜੈਂਟ ਬੱਚੇ, ਫਸਟ ਪੁਜੀਸ਼ਨ ਮੇਰਾ ਬੱਚਾ, 96% ਮੇਰੇ ਬੱਚੇ ਦੇ 10ਵੀਂ 'ਚੋਂ ਮਾਰਕਸ ਆਏ CBSE ਬੋਰਡ 'ਚੋਂ, ਮੈਂ ਬੱਚਾ ਮੋਲ ਤੋਂ ਡਰਦੀ ਨੇ ਬਾਹਰ ਕੱਲਿਆ। ਓਏ ਸਰਕਾਰੋ ਕੁੱਤੀਓ, ਇਹ ਗੰਦੀਆਂ ਸਰਕਾਰਾਂ, ਓਏ ਆਪਣੇ ਬੱਚੇ ਕੱਲੋ, ਓਏ ਬਾਰਡਰਾਂ ਤੇ ਕੱਲੋ, ਓਏ ਬਾਹਰ ਕੱਲੋ ਬੱਚੇ ਆਪਣੇ, ਉਹ ਤੁਹਾਨੂੰ ਪਤਾ ਲੱਗੇ, ਉਹ ਕੁਰਸੀਆਂ ਤੇ ਬੈਂਦੇ ਜੇ, ਆਪਣੇ ਬੱਚੇ ਸੇਫ ਕੀਤੇ ਜੇ, ਸਾਡੇ ਬੱਚਿਆਂ ਨੂੰ, ਹਾਏ ਸਾਡੇ ਬੱਚਿਆਂ ਤੇ ਸਿਆਸਤਾਂ ਕਰਦੇ। ਹਾਏ ਵਾਹਿਗੁਰੂ ਵਾਹਿਗੁਰੂ, ਹਾਏ ਮੇਰੇ ਬੱਚੇ, ਹਾਏ ਆਵਾਜ਼ ਦੇ ਦਿਓ, ਮੈਨੂੰ ਕੁਛ ਨਹੀਂ ਚਾਹੀਦਾ। ਹਾਏ ਬੱਚੇ, ਹਾਏ ਪੰਜਾਬ ਦੇ ਬੱਚੇ, ਉਹ ਮੇਰੇ ਬੱਚੇ ਸਾਂਭ ਲਓ, ਪੰਜਾਬ ਦੇ ਉਹ ਬੱਚੇ ਸਾਂਭ ਲਓ, ਓਏ ਸਰਕਾਰੋ ਬੱਚੇ ਸਾਂਭ ਲਓ, ਬੱਚੇ ਸਾਂਭ ਲਓ, ਉਹ ਨੌਜਵਾਨ ਸਾਂਭ ਲਓ। ਓਏ ਮੈਂ ਡਰਦੀ ਨੇ ਇਕੱਲੇ, ਮੇਰੇ ਕੋਲ ਬੜੀ ਰੋਟੀ, ਹਾਏ ਮੇਰੇ ਕੋਲ ਬੜਾ ਕੁਛ, ਮੈਂ ਡਰਦੀ ਨੇ ਇਕੱਲੇ, ਮੇਰਾ ਇੱਥੇ ਮੋਲ ਨਹੀਂ, ਹਾਏ ਮੇਰਾ ਬੱਚਾ ਬੜਾ ਨੇਕ, ਹਾਏ ਮੈਂ ਕਿਹਾ ਬੱਚਾ, ਮੇਰਾ ਬੱਚਾ ਚਲਾ ਜੇ, ਮੇਰਾ ਬੱਚਾ ਬਾਹਰ, ਹਾਏ ਮੈਂ ਆਪਣੇ ਬੱਚਿਆਂ ਲਾ ਦੋ, ਮੈਂ ਸ਼ੌਂਕ ਨੂੰ ਨਹੀਂ ਇਕੱਲਿਆ।